ਹੈਲੋ ਦੋਸਤੋ ਪੰਜਾਬ ਪੁਲਿਸ ਦੇ ਅੰਦਰ ਰਿਕਰੂਟਮੈਂਟ ਆਈ ਸੀ ਜੀ ਪਿਛਲੇ ਸਾਲ ਸਬ ਇੰਸਪੈਕਟਰ ਤੇ ਕਨਸਟੇਬਲ ਦੀ ਇਨ ਟੈਕਨੀਕਲ ਐਂਡ ਦੇ ਸਪੋਰਟ ਸਰਵਿਸ ਮਨ ਕੇ ਟ ਸੀ ਐਸ ਐਸ ਕੇਡਰ ਦੇ ਅੰਦਰ ਤਾਂ ਇਹਦਾ ਮਨ ਕੇ ਇਗਜ਼ਾਮ ਪਿਛਲੇ ਸਾਲ ਪੋਸਟਪੋਨ ਹੋ ਗਿਆ ਸੀ ਫਿਰ ਇਸ ਦਾ ਹੁਣ ਇਗਜ਼ਾਮ ਡੇਟ ਆ ਚੁੱਕੀ ਹੈ ਜੀ ਹੁਣ ਇਹਦਾ ਇਗਜ਼ਾਮ ਆ ਜੀ ਆਨਲਾਈਨ ਮੋਡ ਚ ਹੋ ਰਿਹਾ ਵ ਕੰਪਿਊਟਰ ਬੇਸ ਟੈਸਟ ਤੇ ਜਿੱਦਾਂ ਮਨ ਕੇ ਸਬ ਇਨਸਪੈਕਟਰ ਇੰਟੈਲੀਜੈਂਟ ਅਸਿਸਟੈਂਟ ਜਾਂ ਹੋਰ ਰਿਡੀ ਵਿਖ ਹੈਡ ਕਨਸਟਬਲ ਦੀ ਵੈਕੈਂਸੀ ਆਈ ਹੈ ਜੀ ਤਾਂ ਇਹਨਾਂ ਦਾ ਤਾਂ ਕੋਈ ਹੈਗਾ ਸੀ ਚੀਟਿੰਗ ਦੇ ਕੇਸ ਕਰਕੇ ਮਨ ਕੇ ਇਹ ਪੇਪਰ ਕੈਨਸਲ ਕਰਤਾ ਸੀ ਤੇ ਇਹਦਾ ਕੋਈ ਪੇਪਰ ਪੋਸਟਪੋਨ ਕਰਤਾ ਸੀ ਕੋਈ ਇਦਾਂ ਦਾ ਹੈਗੀ ਸੀ ਨੀ ਗਲਤੀ ਨਹੀਂ ਹੋਈ ਸੀ ਕੋਈ ਕੁਝ ਹੋਰ ਕਹਿ ਸੀ ਆਪਾਂ ਗੱਲ ਸਿਰ ਪੋਸਟਪੋਨ ਹੋ ਗਿਆ ਸੀ ਮਿਲ ਕੇ ਪੇਪਰ ਨਹੀਂ ਲਿਆ ਗਿਆ ਸੀ ਤੇ ਇਹਦਾ ਜਿਹੜਾ ਪੇਪਰ ਆ ਜੀ ਕੰਪਿਊਟਰ ਬੇਸ ਹੋਣਾ ਵਾ ਤੇ ਜਿੱਦਾਂ ਹੁਣ ਜਿਹੜੇ ਅਗਲੇ ਪੇਪਰ ਹੋਣੇ ਸਬ ਇਨਸਪੈਕਟਰ ਦੇ ਹੈਡ ਕਨਸਟੇਬਲ ਦੇ ਹੋਰ ਜਿਹੜੇ ਹੋਣੇ ਆ ਜਿਨ੍ਹਾਂ ਦੇ ਹੁਣ ਮਨ ਕੇ ਫਾਰਮ ਚੱਲਦੇ ਪੈ ਰਹੇ ਹੀ ਓਪਨ ਹੋਏ ਆ ਉਹਨਾਂ ਦੇ ਪੇਪਰ ਆਫਲਾਈਨ ਮੋਡ 'ਚ ਹੋਣੇ ਆ ਇਹਦਾ ਜਿਹੜਾ ਪੇਪਰ ਆ ਜੀ ਕੰਪਿਊਟਰ ਬੇਸ ਟੈਸਟ ਹੋਣਾ ਵਾ ਤੇ ਟੈਕਨੀਕਲ ਮਨ ਲਗੀ ਇੱਕ ਕੇਡਰ ਆ ਜੀ ਸਪੋਰਟ ਸਰਵਿਸ ਉਹਦਾ ਪੇਪਰ ਆਏ ਤੇ ਟੈਕਨੀਕਲ ਪੋਸਟ ਆ ਇੱਕ ਉਹਦਾ ਉਹਦੇ ਵਿੱਚ ਮਣਕੀ 267 ਸਬ ਇੰਸਪੈਕਟਰ ਰੱਖੇ ਜਾਣੇ ਆ ਜੀ ਤੇ 2340 ਕਾਂਸਟੇਬਲ ਤਾਂ ਉਹਨਾਂ ਦੀ ਇਹ ਵੈਕੈਂਸੀ ਆ ਤੇ ਉਹਦੇ ਵਿੱਚ ਜਿਹੜੇ ਵੀ ਇਹ ਕੈਂਡੀਡੇਟ ਹੈਗੇ ਇਹਨਾਂ ਦਾ ਪੇਪਰ ਹੋਣਾ ਵਾ ਤੇ ਜਿਹੜਾ ਪੇਪਰ ਆ ਜੀ ਇਹਨਾਂ ਦਾ 24 ਸਤੰਬਰ 2022 ਤੋਂ ਲੈ ਕੇ 30 ਸਤੰਬਰ 2022 ਤੱਕ ਹੋ ਰਿਹਾ ਵਾ ਜੀ ਤੇ ਐਡਮਿਟ ਕਾਰਡ ਵੀ ਇਹਨਾਂ ਦੇ ਜਲਦੀ ਮਣਕੀ ਇਸ਼ੂ ਹੋ ਜਾਣੇ ਆ ਜੀ 7-8 ਦਿਨ ਪਹਿਲਾਂ ਹੋ ਜਾਣਗੇ ਜਿੱਦਾਂ ਪਹਿਲਾਂ ਪਿਛਲੀ ਿਆਰ ਹੋਈ ਸੀ ਤੇ ਜਿਨ੍ਹਾਂ ਨੇ ਵੀ ਇਸ ਸੈਕਟਰ ਲਈ ਅਪਲਾਈ ਕੀਤਾ ਸੀ ਆਪਣੀ ਤਿਆਰੀ ਕਰ ਦੇਣ ਜੀ ਕਿਉਂਕਿ ਹੁਣ ਸੋਨਾਂ ਦਾ ਸਿਰਫ ਇੱਕ ਮੰਥੇ ਰਹਿ ਗਿਆ ਵਾ ਤਿਆਰੀ ਕਰਨ ਦਾ ਤੇ ਆਪਣੀ ਤਿਆਰੀ ਰੱਖੋ ਜੀ ਜਿਨ੍ਹਾਂ ਨੇ ਵੀ ਇਸ ਕਟੇਡ ਲਈ ਅਪਲਾਈ ਕੀਤਾ ਸੀ ਤੇ ਇਹਦੇ ਫਾਰਮ ਲਈ ਓਪਨ ਨਹੀਂ ਹੋਏ ਸੀ ਕੋਈ ਤੁਹਾਨੂੰ ਜਿਨ੍ਹਾਂ ਨੇ ਪਹਿਲੀ ਪਿਛਲੀ ਵਾਰ ਅਪਲਾਈ ਕੀਤਾ ਸੀ ਉਹਨਾਂ ਦੀ ਹੀ ਪੇਪਰ ਆ ਜੀ ਤੇ ਪੰਜਾਬ ਪੁਲਿਸ ਸਬ ਇੰਸਪੈਕਟਰ ਐਂਡ ਕਨਸਟੇਬਲ ਇਨ ਟੈਕਨੀਕਲ ਐਂਡ ਸਪੋਰਟ ਸਰਵਿਸ ਕਟੇਡ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਆਪਣੀ ਉਹਨਾਂ ਤਿਆਰੀ ਖਿੱਚ ਦੋ ਜੀ ਤੇ 올 ਦੀ ਬੈਸਟ ਤੇ ਆਪਣੀ ਤਿਆਰੀ ਕਰੋ ਜੀ ਤੇ ਜਿਹੜਾ ਸਿਲੇਬਸ ਇਹਦਾ ਹੋਊਗਾ ਜੀ ਉਹ ਮੇਬੀ ਅਡਵਰਟਾਈਜ਼ਮੈਂਟ ਦੇਡ ਨੋਟੀਫਿਕੇਸ਼ਨ ਉਹਦੇ ਵਿੱਚ ਹੀ ਹੋਊਗਾ ਤੇ ਜਿਨ੍ਹਾਂ ਨੇ ਦੁਬਾਰਾ ਤਿਆਰੀ ਨਹੀਂ ਹਾਲੇ ਕੀਤੀ ਤਾਂ ਆਪਣੀ ਤਿਆਰੀ ਸਟੱਡੀ ਸ਼ੁਰੂ ਕਰ ਦੋ ਇੱਕ ਮੰਥੀ ਰ ਤੇ ਆ ਬਾਕੀ ਆ ਜਿਆ ਨੋਟੀਫਿਕੇਸ਼ਨ ਆ ਸਾਡੇ ਟੈਲੀਗ੍ਰਾਮ ਗਰੁੱਪ ਤੇ ਮਿਲ ਜੂਗਾ ਜੀ ਉਹਦੀ ਪਿਕ ਵਗੈਰਾ ਤੇ ਤੁਹਾਨੂੰ ਮਿਲ ਗਿਆ ਐਡਵਰਟਾਈਜ਼ਮੈਂਟ ਪੰਜਾਬ ਪੁਲਿਸ ਦੀ ਸਾਈਟ ਤੇ ਵੀ ਮਿਲ ਜੂਗਾ ਜਿਹੜੀ ਆਫੀਸ਼ਲ ਸਾਈਟ ਆ ਜੀ ਇਸ ਸਕੀਮ ਨਾਲ ਸੰਬੰਧਿਤ ਤੇ ਤੁਹਾਨੂੰ ਅਖਬਾਰ ਦੇ ਵਿੱਚ ਵੀ ਇਹਦਾ ਨੋਟੀਫਿਕੇਸ਼ਨ ਜਲਦੀ ਮਿਲ ਜੂਗਾ ਅੱਜ ਹੀ ਮਿਲ ਜੂਗਾ ਤੇ ਬਾਕੀ ਕੋਈ ਵੀ ਇਨਫੋਰਮੇਸ਼ਨ ਆ ਜੀ ਮੈਨੂੰ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦੇ ਹੋ ਤੇ ਬਾਕੀ ਆਲ ਦੀ ਬੈਸਟ ਤੇ ਬਾਕੀ ਜਿਹੜੇ ਦੂਜੇ ਸਬ ਇੰਸਪੈਕਟਰ ਹੈਡ ਕਨਸਟੇਬਲ ਜਾਂ ਉਹਨਾਂ ਜੀ ਅਪਲਾਈ ਕਰ ਰਹੇ ਉਹ ਵੀ ਆਪਣੀ ਤਿਆਰੀ ਰੱਖੋ ਜੀ ਉਹਨਾਂ ਦੇ ਵੀ ਐਗਜ਼ਾਮ ਜਲਦੀ